ਤੜਕਸਾਰ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆ। ਜੀ ਹਾਂ, MSP ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਆ ਚੁੱਕਿਆ ਏ। ਹਾਲਾਂਕਿ ਕਿਸਾਨਾਂ ਦੇ ਵੱਲੋਂ ਕਾਫੀ ਮੀਟਿੰਗਾਂ ਤੋਂ ਬਾਅਦ ਵੀ MSP ਤੇ ਗਰੰਟੀ ਦਾ ਕੋਈ ਵੀ ਹੱਲ ਨਹੀਂ ਨਿਕਲਿਆ, ਪਰ ਹੁਣ ਸਰਕਾਰ MSP ਤੇ ਗਰੰਟੀ ਲਿਆਉਣ ਜਾ ਰਹੀ ਹੈ। ਜੀ ਹਾਂ, ਕਿਸਾਨਾਂ ਦੇ ਲਈ ਵੱਡੀ ਖਬਰ ਹੈ। ਕਿਸਾਨਾਂ ਦੀਆਂ ਫਸਲਾਂ ਤੇ ਜਿਹੜੀ MSP ਮਿਲਦੀ ਹੈ, ਹੁਣ ਉਸ ਤੇ ਗਰੰਟੀ ਕਾਨੂੰਨ ਲਿਆਂਦਾ ਜਾ ਰਿਹਾ ਹੈ। ਤਾਂ 5 ਫਸਲਾਂ ਤੇ MSP ਦੀ ਖਰੀਦ ਗਰੰਟੀ ਦੇਣ ਦੀ ਤਿਆਰੀ 'ਚ ਲੱਗੀ ਹੈ। BJP ਸਰਕਾਰ ਮੱਕੀ, ਦਾਲਾਂ ਤੇ ਕਪਾਹ ਤੇ ਗਰੰਟੀ ਦਾ ਫੈਸਲਾ ਦੇ ਦਿੱਤਾ ਗਿਆ ਹੈ। ਮਸਰ, ਮਾਂ, ਅਰਹਰ ਦੀਆਂ ਦਾਲਾਂ ਤੇ ਵੀ MSP ਦੀ ਗਰੰਟੀ ਮਿਲੇਗੀ। ਤਾਂ ਦੱਸ ਦਈਏ ਕਿ ਇਹ ਗਰੰਟੀ 5 ਸਾਲ ਦੇ ਲਈ ਹੋਵੇਗੀ। 5 ਸਾਲ ਦੇ ਲਈ, ਅਗਲੇ 5 ਸਾਲਾਂ ਦੇ ਲਈ MSP ਤੇ ਗਰੰਟੀ ਮਿਲਣ ਵਾਲੀ ਹੈ। ਕਿਸਾਨਾਂ ਨੂੰ ਵੱਡੀ ਖਬਰ ਹੈ, ਅਗਲੇ ਸੀਜ਼ਨ ਤੋਂ ਇਹ ਫੈਸਲਾ ਲਾਗੂ ਹੋਵੇਗਾ। ਪੂਰੇ ਦੇਸ਼ ਦੇ ਵਿੱਚ ਇਹ ਫੈਸਲਾ ਲਾਗੂ ਹੋਵੇਗਾ, ਨਾ ਕਿ ਸਿਰਫ ਪੰਜਾਬ ਹਰਿਆਣਾ ਦੇ ਵਿੱਚ। ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਹਨਾਂ 5 ਹੋਰ ਫਸਲਾਂ 'ਤੇ MSP ਦੀ ਗਰੰਟੀ ਮਿਲ ਜਾਏਗੀ। ਜੇਕਰ ਕੋਈ ਕਿਸਾਨ ਇਹਨਾਂ ਫਸਲਾਂ ਦੇ ਵਿੱਚੋਂ ਕੋਈ ਫਸਲ ਲਗਾਉਂਦਾ ਹੈ ਤਾਂ ਉਸਨੂੰ MSP ਯਾਨੀ ਕਿ ਮਿਨੀਮਮ ਸੇਲ ਪ੍ਰਾਈਸ ਜ਼ਰੂਰ ਮਿਲੇਗਾ ਆਪਣੀ ਫਸਲ ਦਾ। ਤਾਂ ਮੱਕੀ ਅਤੇ ਦਾਲ ਖਰੀਦੇਗੀ NCCF ਅਤੇ NAFED। ਇਹ ਸਰਕਾਰ ਦੀਆਂ ਏਜੰਸੀਆਂ ਨੇ ਜਿਹੜੀ ਕਿਸਾਨਾਂ ਦੇ ਕੋਲੋਂ ਦਾਲਾਂ ਅਤੇ ਮੱਕੀ ਖਰੀਦੇਗੀ। CCI ਕਪਾਹ ਦੀ ਕਰੇਗੀ ਖਰੀਦ। ਜਿਹੜੀ CCI ਹੈ ਉਹ ਕਪਾਹ 'ਤੇ ਖਰੀਦ ਕਰੇਗੀ, ਕਿਉਂਕਿ ਕਪਾਹ 'ਤੇ ਵੀ ਗਰੰਟੀ ਦਾ ਫੈਸਲਾ ਦੇ ਦਿੱਤਾ ਗਿਆ ਹੈ। MSP ਮਿਲੇਗੀ ਹੁਣ ਕਪਾਹ ਉਗਾਉਣ 'ਤੇ ਵੀ। ਤਾਂ ਦੱਸ ਦਈਏ ਕਿ ਹਾਲਾਂਕਿ CCI ਹੁਣ ਵੀ ਕਪਾਹ ਦੀ ਖਰੀਦ ਕਰਦੀ ਹੈ, ਪਰ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਗਰੰਟੀ ਮਿਲ ਜਾਵੇਗੀ MSP ਦੀ ਤੁਹਾਨੂੰ। ਤਾਂ ਕਿਸਾਨਾਂ ਦੇ ਲਈ ਬਹੁਤ ਵੱਡੀ ਅਤੇ ਖੁਸ਼ਖਬਰੀ ਭਰੀ ਖਬਰ ਹੈ। ਪਾਣੀ 'ਤੇ ਡਿੱਗ ਰਹੇ ਪੱਧਰ ਨੂੰ ਦੇਖਦੇ ਹੋਏ, ਪਾਣੀ ਜਿਹੜਾ ਪੰਜਾਬ ਦੇ ਵਿੱਚ, ਸੂਬੇ ਭਰ ਦੇ ਵਿੱਚ, ਹਰਿਆਣੇ ਭਰ ਦੇ ਵਿੱਚ ਪਾਣੀ ਦਾ ਪੱਧਰ ਦਿਨ ਬਰ ਦਿਨ ਡਾਊਨ ਹੁੰਦਾ ਜਾ ਰਿਹਾ ਹੈ। ਉਸ ਨੂੰ ਦੇਖਦੇ ਹੋਏ ਦੂਜੀ ਫਸਲਾਂ ਨੂੰ ਉਤਸ਼ਾਹਿਤ ਕਰਨ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ, ਤਾਂ ਕਿ ਝੋਨਾ ਅਤੇ ਕਣਕ ਛੱਡ ਕੇ ਕਿਸਾਨ ਇਹਨਾਂ ਫਸਲਾਂ ਦੇ ਵੱਲ ਹੋਣ, ਇਹਨਾਂ ਫਸਲਾਂ ਦੀ ਪੈਦਾਵਾਰ ਵਧਾਉਣ। ਹਾਲਾਂਕਿ ਇਸੇ ਤਰ੍ਹਾਂ ਦਾ ਇੱਕ ਪ੍ਰਪੋਜ਼ਲ ਕੇਂਦਰ ਸਰਕਾਰ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੀ ਦਿੱਤਾ ਸੀ, ਪਰ ਕਿਸਾਨਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ ਉਸ ਵੇਲੇ। ਉਸਦੇ ਬਾਵਜੂਦ ਵੀ ਕੇਂਦਰ ਸਰਕਾਰ ਇਹ MSP ਦੀ ਗਰੰਟੀ ਲਾਗੂ ਕਰਨ ਜਾ ਰਹੀ ਹੈ। ਤਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਉਮੀਦ ਹੈ ਕਿ ਕਿਸਾਨ ਨੇਤਾ ਸਾਡੀ ਸਰਕਾਰ ਦੇ ਤਰਕ ਸਮਝਣਗੇ ਅਤੇ ਆਪਣੇ ਪ੍ਰਦਰਸ਼ਨ ਖਤਮ ਕਰਨਗੇ। ਤਾਂ ਕਹਿ ਸਕਦੇ ਹੋ ਕਿ ਇਹ ਫੈਸਲਾ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਲਈ ਵੀ ਲਿਆ ਗਿਆ ਹੈ। ਪਰ ਇਹ ਸਾਰੀਆਂ ਗਰੰਟੀਆਂ ਜਿਹੜੀਆਂ ਨੇ ਤੁਹਾਨੂੰ ਸਾਫ਼ ਸਪਸ਼ਟ ਕਰਦੀਆਂ ਕਿ ਅਗਲੇ ਸਾਲ ਤੋਂ ਲਾਗੂ ਹੋਣਗੀਆਂ, ਨਾ ਕਿ ਇਸ ਸਾਲ ਤੋਂ। ਤਾਂ ਤੁਹਾਨੂੰ ਇੱਕ ਵਾਰ ਤੋਂ ਫਿਰ ਦੱਸ ਦਿੰਦੇ ਹਾਂ, ਮੱਕੀ, ਦਾਲਾਂ ਅਤੇ ਕਪਾਹ 'ਤੇ ਗਰੰਟੀ ਮਿਲੇਗੀ। ਮੱਕੀ ਦੀ ਫਸਲ 1, ਕਪਾਹ ਦੀ ਫਸਲ 2 ਅਤੇ ਦਾਲਾਂ 3 ਦਾਲਾਂ, ਮਸਰ, ਮਾਂ ਅਤੇ ਅਰਹਰ, ਇਹਨਾਂ 3 ਦਾਲਾਂ 'ਤੇ MSP ਮਿਲੇਗੀ ਅਤੇ MSP ਦੀ ਗਰੰਟੀ ਮਿਲੇਗੀ ਅਗਲੇ 5 ਸਾਲਾਂ ਤੱਕ। ਅਤੇ ਤੁਹਾਡੀਆਂ ਫਸਲਾਂ ਨੂੰ ਸਰਕਾਰ ਦੀ ਏਜੰਸੀਆਂ ਜਿਵੇਂ ਕਿ NCCF ਅਤੇ NAFED ਖਰੀਦੇਗੀ। CCI ਜਿਹੜੀ ਹੈ ਏਜੰਸੀ ਸਰਕਾਰ ਦੀ, ਉਹ ਕਪਾਹ ਦੀ ਖਰੀਦਦਾਰੀ ਕਰੇਗੀ ਅਤੇ MSP ਦੀ 5 ਸਾਲਾਂ ਤੱਕ ਤੁਹਾਨੂੰ ਗਰੰਟੀ ਦੇਵੇਗੀ।